ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਸਾਰਿਆਂ ਨੂੰ ਅਕਾਲ ਜੀ, ਸਾਰਿਆਂ ਨੂੰ ਕੀ ਹਾਲ ਜੀ। ਚਾਲ ਹੈ ਜੀ ਸਾਰਿਆਂ ਦਾ? ਅਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਜੀ ਆਪਣੇ ਚੈਨਲ ਦੇ ਉੱਤੇ। ਅਤੇ ਅੱਜ ਅਸੀਂ ਰਿਐਕਸ਼ਨ ਦੇਣ ਜਾ ਰਹੇ ਹਾਂ, ਨਾਮ ਹੈਗਾ ਜੀ ਬਾਪੂ ਬਾਪੂ ਬਾਏ ਸਿੱਧੂ ਮੂਸੇਵਾਲਾ। ਜੀ ਆਓ ਸੁਣਦੇ ਹਾਂ ਜੀ। ਤੂੰ ਮੈਨੂੰ ਗੱਭਰੂ ਕਰਦੇ ਆ, ਕਰਦੇ ਨੂੰ ਤੈਨੂੰ ਆਏ ਨੇ ਮੁੱਲ ਮੋੜਨਾ ਚਾਹੁੰਦਾ ਤੇਰੇ ਆ ਤੌਲਿਆਂ ਦਾ। ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਹੈ, ਹੁਣ ਬੋਝ ਤੂੰ ਮੈਨੂੰ ਦੇ ਦੇ ਆ ਤੇਰੇ ਆ ਰੌਲਿਆਂ ਦਾ। ਜਿਹਨੂੰ ਡਿੱਗਦੇ ਤੈਂਦੇ ਨੂੰ ਲੋਕੀ ਟਿਚਰਾ ਕਰਦੇ ਸੀ, ਉਹ ਪਰਬਤ ਵਾਂਗੂ ਛਾਤੀ ਤਾਣ ਖਲੋ ਗਿਆ। ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਬਚਪਨ ਉੱਤੇ ਰੱਖਿਆ ਆਪਣੇ ਚਾਵਾਂ ਤੋਂ, ਕੁੱਟ ਕੁੱਟ ਲਿਆਉਂਦਾ ਰਿਹਾ ਤੂੰ ਮਾੜੀਆਂ ਥਾਵਾਂ ਤੋਂ। ਮੈਂ ਪਿੰਗਾ ਬੋਲਾ ਤੇਰੀਆਂ ਝਿੜਕਾਂ ਸਾਂਭ ਲਿਆ, ਉਂਜ ਪੁੱਤ ਵਿਗੜੇ ਕਿੱਥੇ ਸੰਭਦੇ ਕੱਲੀਆਂ ਮਾਵਾਂ ਤੋਂ। ਜੋ ਪਿੱਜੀਆਂ ਅੱਖਾਂ ਤੇਰੀਆਂ ਨੇ ਕਦੇ ਦੇਖੇ ਸੀ, ਮੁਕਾਮੇ ਅਸੇ ਉਹ ਨਿੱਕੀ ਉਮਰੇ ਛੋ ਗਿਆ। ਆਓ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਆਓ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਦੁਨੀਆ ਤੋਂ ਐ ਤੂੰ ਮੈਨੂੰ ਕਹਿੰਦਾ ਸੀ, ਇਸ ਗੱਲ ਤੇਰੀ ਨੂੰ ਜੱਗ ਸਾਰਾ ਏ ਮੰਨਦਾ ਨਾ। ਗੁਮਨਾਮ ਜਿਉਂਦਾ ਗੁਮਨਾਮ ਹੀ ਮਰ ਜਾਂਦਾ, ਤੇਰੇ ਬਿਨਾਂ ਕਦੇ ਸਿੱਧੂ ਮੂਸੇਵਾਲਾ ਬਣਦਾ ਨਾ। ਸੀਤੀ ਬਾਜੀ ਨੂੰ ਮਰਦਾ ਆਪਣੇ ਅੰਡੇਰਿਆਂ ਦਾ, ਲੋਕੀ ਚਾਨਣ ਲੈਂਦੇ ਉਹ ਤੋਂ ਬਣਿਓ ਲੋ ਗਿਆ। ਓ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਓ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ। ਬਹੁਤ ਸੋਹਣਾ ਜੀ, ਬਹੁਤ ਸੋਹਣਾ ਗਾਇਆ, ਬਹੁਤ ਸੋਹਣਾ। ਤੇ ਬਾਪੂ ਵਾਕਈ ਬਾਪੂ ਹੀ ਹੁੰਦਾ ਆ, ਬਾਪੂ ਬਾਪੂ ਹੀ ਹੁੰਦਾ ਆ ਜੀ। ਕੋਈ ਸਖਤ ਹੁੰਦਾ ਆ, ਕੋਈ ਥੋੜਾ ਜਿਹਾ ਨਰਮ ਹੁੰਦਾ ਆ, ਬਟ ਉਹੀ ਗੱਲ ਆ ਕਿ ਖਾਸ ਕਰਕੇ ਕੁੜੀਆਂ ਤੇ ਕਹਿ ਲਓ, ਕੁੜੀਆਂ ਲਾਡਲੀਆਂ ਹੁੰਦੀਆਂ ਮਾਂ ਬਾਪ ਦੀਆਂ, ਤੇ ਸਿਰ ਦਾ ਤਾਜ ਕਹਿੰਦੇ ਆ ਨਾ ਕਿ ਕੁੜੀਆਂ ਸਾਡੀਆਂ ਸਿਰਾਂ ਦੇ ਤਾਜ ਹੈਗੀਆਂ ਆ, ਤਾਂ ਹੀ ਉਹ ਲਾਡ ਚ ਰਹਿੰਦੀਆਂ, ਭਾਵੇਂ ਪੇਕੇ ਘਰ ਭਾਵੇਂ ਸਹੁਰੇ ਘਰ।
ਬਾਪੂ ਚਲੋ ਬਾਪੂ ਜੁੱਤੀ ਵੀ ਤਕੜੀ ਚਾਹੀਦੀ ਹੁੰਦੀ ਬਾਪੂ ਦੀ ਤਾਂ ਹੀ ਮੁੰਡੇ ਵੀ ਸੁਧਰੇ ਰਹਿੰਦੇ ਆ ਬਿਲਕੁਲ ਇਹਦਾ ਜਦੋਂ ਕਹਿ ਲਓ ਆਪ ਵੱਡੇ ਹੋਈ ਦਾ ਆਪ ਬਾਪੂ ਬਣੀ ਦਾ ਫੇਰ ਹੀ ਪਤਾ ਲੱਗਦਾ ਹਨਾ ਕਿ ਬਾਪੂ ਉਸ ਵੇਲੇ ਜੋ ਕਹਿ ਰਿਹਾ ਉਸ ਕਿੰਨਾ ਕੁ ਸਹੀ ਸੀਗਾ ਹਨਾ ਖੁਸ਼ਕਿਸਮਤ ਹੈਗੇ ਸਾਰੇ ਜਿਨ੍ਹਾਂ ਦੇ ਸਿਰ ਤੇ ਮਾਂ ਬਾਪ ਹੈਗੇ ਆ ਮਾਂ ਬਾਪ ਹਮੇਸ਼ਾ ਭਲਾਈ ਚਾਹੁੰਦੇ ਆ ਬੱਚਿਆਂ ਦਾ ਬਹੁਤ ਸੋਹਣਾ ਗਾਣਾ ਆ ਜੀ ਬਹੁਤ ਪਿਆਰਾ ਔਰ ਦਿਲ ਛੂਣ ਵਾਲਾ ਗਾਣਾ ਆ ਜਿੱਦਾਂ ਇਹਨਾਂ ਨੇ ਆਪਣੇ ਮੌਮ ਲਈ ਗਾਣਾ ਗਾਇਆ ਸੀ ਗਾਇਆ ਸੀਗਾ ਤੇ ਵੀਡੀਓ ਬਣਾਈ ਸੀ ਇਹੀ ਆ ਕਿ ਇਹਨਾਂ ਦੀ ਵੀਡੀਓ ਬਣਾਉਣੀ ਚਾਹੀਦੀ ਸੀ ਵੈਸੇ ਹੈ ਨਾ ਤੇ ਹੋ ਸਕੇ ਤੇ ਉਹਨਾਂ ਤੱਕ ਪਹੁੰਚ ਜਾਵੇ ਤੇ ਬੈਟਰ ਆ ਕਿ ਵੀਡੀਓ ਬਣਾ ਦੇਣਾ ਹੈ ਨਾ ਬਿਲਕੁਲ ਆ ਬਾਪੂ ਦੇ ਆਸ਼ੀਰਵਾਦ ਨਾਲ ਇੱਥੇ ਤੱਕ ਪਹੁੰਚ ਗਏ ਹੈਗੇ ਇੰਨੇ ਸਕਸੈਸਫੁਲ ਹੈਗੇ ਆ ਔਰ ਉਹਨਾਂ ਨੂੰ ਆਫਰ ਕਰਨ ਦੇ ਕਿ ਦੱਸੋ ਕੀ ਚਾਹੀਦਾ ਆ ਬਾਪੂ ਦੇ ਕਹਿੰਦੇ ਕਿ ਨਹੀਂ ਹਜੇ ਵੀ ਮੇਰੇ ਲਈ ਬੱਚੇ ਹੈਗੇ ਆ ਉਹਨਾਂ ਨੂੰ ਕੀ ਚਾਹੀਦਾ ਮਾਂ ਬਾਪ ਲਈ ਤਾਂ ਕਹੋ ਬੱਚੇ ਬੱਚੇ ਹੀ ਹੁੰਦੇ ਆ ਭਾਵੇਂ ਬੁੱਢੇ ਵੀ ਹੋ ਜਾਈਏ ਤਾਂ ਬੱਚੇ ਹੀ ਰਹੀਦਾ ਉਹਨਾਂ ਨੂੰ ਤਾਂ ਸਿਰਫ ਪਿਆਰ ਚਾਹੀਦਾ ਹੈ ਰਿਸਪੈਕਟ ਚਾਹੀਦੀ ਪਿਆਰ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਬਹੁਤ ਸੋਹਣਾ ਗਾਇਆ ਹੈ ਉਹਨਾਂ ਨੇ ਔਰ ਬਹੁਤ ਹੀ ਅੱਛਾ ਦੇਖ ਦੇਖ ਕੇ ਬਹੁਤ ਬਹੁਤ ਵਧੀਆ ਲੱਗਿਆ ਦਿਲ 'ਚ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਇਹ ਐਗਜ਼ਾਮਪਲ ਹੈਗੇ ਕਿ ਆਪਣੇ ਪੇਰੈਂਟਸ ਲਈ ਕਿੰਨੇ ਰਿਸਪੈਕਟਡ ਹੈਗੇ ਆ ਤਾਂ ਹੀ ਪਰਮਾਤਮਾ ਨੇ ਇੰਨੀ ਇਹਨਾਂ ਨੂੰ ਤਰੱਕੀ ਦਿੱਤੀ ਹੈਗੀ ਹੈ ਬਿਲਕੁਲ ਸਭ ਆਪਣੇ ਮਾਂ ਬਾਪ ਦਾ ਖਿਆਲ ਰੱਖੋ ਲਾਈਕ ਜ਼ਰੂਰ ਕਰਿਓ ਜੀ ਸੁਣਿਓ ਕਰੋ ਚੈਨਲ ਨੂੰ ਸ਼ੇਅਰ ਵੀ ਕਰਿਓ ਜੀ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾ ਭੁੱਲਿਓ ਜੀ ਸੇ ਬਲੇਸਡ ਯਾ ਛੇਤੀ ਮਿਲਦੇ ਆ ਜੀ ਰੱਬ ਰੱਖਾ ਜੀ ਦਿੱਲੀ ਦੀ ਆਹਕੀ ਉੱਤੇ ਝੰਡਾ ਗੱਡਿਆ ਸਰਕਾਰ ਦਾ ਤਾਂ ਦੇਖ ਗਿਆ ਮੂੰਹ ਅੱਡਿਆ 12 ਲੱਖ ਨੇ ਜੋ ਵਕਤ ਸਵਾਇਆ ਰੱਬ ਨੂੰ ਪਾਇਆ ਦੇਖ ਤੀਰ ਜਾਂ ਨਿਸ਼ਾਨੇ ਉੱਤੇ ਸਿੱਤਾ ਲੱਗਿਆ ਦਿੱਲੀ ਦੀ ਆਹਕੀ ਉੱਤੇ ਝੰਡਾ ਗੱਡਿਆ ਸਰਕਾਰ ਦਾ ਤਾਂ ਦੇਖ ਗਿਆ ਮੂੰਹ ਅੱਡਿਆ 12 ਲੱਖ ਨੇ ਜੋ ਵਕਤ ਸਵਾਇਆ ਰੱਬ ਨੂੰ ਪਾਇਆ ਦੇਖ